Components of flash drive. These are the main components again. So, components today again standard so, USB connector. Second USB mass storage. controller 3rd is nand flash memory chip 4th is crystal oscillator 5th is cover And 6th is led ਸੋ ਇਹਦੇ ਮੇਨ ਕੰਪੋਨੈਂਟਸ ਹੈ USB ਕਨੈਕਟਰ USB ਮਾਸ ਸਟੋਰੇਜ ਕੰਟਰੋਲਰ ਨੈਂਡ ਫਲੈਸ਼ ਮੈਮਰੀ ਚਿਪ ਕ੍ਰਿਸਟਲ ਓਸિલેਟਰ ਕਵਰ ਤੇ LED ਠੀਕ ਹੈ ਸੋ ਜੇ ਮੈਂ ਇਹਦੀ ਡਾਇਗਰਾਮ ਬਣਾਵਾ ਇਹਦੀ ਪੈਨ ਡਰਾਈਵ ਦੀ ऑडिबल ਨਹੀਂ ਹੈ ਹੁਣ ਦੇਖੋ ਆ ਰਹੀ ਹੈ ਆਵਾਜ਼ ਕਿ ਨਹੀਂ ਆ ਰਹੀ ਹੈ ਕਿ ਬਿਲਕੁਲ ਨਹੀਂ ਆ ਰਹੀ ਉਹ ਮਤਲਬ ਆਡੀਬਲ ਉਹਦੋਂ ਨਹੀਂ ਹੁੰਦੀ ਜਦੋਂ ਬੋਲਦਾ ਨਹੀਂ ਹੈ ਵੈਸੇ ਤਾਂ ਆਡੀਬਲ ਹੈ ਕਿ ਹੁਣ ਆ ਰਹੀ ਹੈ ਆਵਾਜ਼ ਨਾਉ ਇਟ ਇਜ਼ ਆਡੀਬਲ ਚਲੋ ਠੀਕ ਹੈ ਸੋ ਮੈਂ ਹੁਣ ਫਿਲਹਾਲ ਮੈਂ ਨਾ ਡਾਇਗਰਾਮ ਬਣਾ ਰਿਹਾ ਹਾਂ ਉਸ ਟਾਈਮ ਮੈਂ ਬੋਰ ਨਹੀਂ ਰਿਹਾ ਰਾਈਟ ਸੋ ਇਹਦੇ ਮੈਂ ਰੋਰਸੂ ਇਹ ਤੁਹਾਨੂੰ ਦੇ ਦਾਂਗਾ ਮੈਂ ਜਸਟ ਕੀ ਹੈ ਇਹਦਾ ਬਰੀਫ ਚ ਕੁਝ ਬਲੌਗ ਡਾਇਗ੍ਰਮ ਟਾਈਪ ਬਣਾ ਰਿਹਾ ਹਾਂ ਜੀ USB mass storage controller and this is flash memory chip and this one crystal oscillator yeah. and this is USB कनेक्टर सो पेन ड्राइव ਅੱਜਕੱਲ ਬਹੁਤ ਸਮਾਲਰ ਸਾਈਜ਼ ਦੀ ਆ ਗਈਆਂ ਜੋ ਪਹਿਲਾਂ ਹੁੰਦੀ ਸੀ ਉਸੇ ਤਰ੍ਹਾਂ ਦੇ ਸਾਈਜ਼ ਚ ਤੁਸੀਂ ਦੇਖਿਆ ਹੋਣਗੀਆਂ ਅੱਜਕੱਲ ਤਾਂ ਈਵਨ ਬਹੁਤ ਸਮਾਲਰ ਸਾਈਜ਼ ਆ ਚੁੱਕਿਆ ਹੈਗਾ ਸੋ ਜਿਹੜਾ ਇਹ ਐਂਡ ਹੈਗਾ ਜਿੱਥੋਂ ਆਪਾਂ ਇਨਸਰਟ ਕਰ ਦਿੰਗੇ ਜਿਹੜੀ ਮੇਨ ਕੰਪਿਊਟਰ ਵਿੱਚ ਐਂਟਰੀ ਹੁੰਦੀ ਹੈਗੀ ਉਹਨੂੰ USB ਕਨੈਕਟਰ ਕਹਿੰਦੇ ਹੈਗੇ ਥੈਨ ਥਿਸ ਇਸ USB ਮਾਸਟ ਸਟੋਰੇਜ ਕੰਟਰੋਲਰ ਥਿਸ ਇਸ ਫਲੈਸ਼ ਮੈਮਰੀ ਚਿਪ ਐਂਡ ਥਿਸ ਇਸ ਕ੍ਰਿਸਟਲ ਓਸਿਲੇਟਰ and this is led ٹھیک ہے سو دیز ار دا بیسک پارٹس ఆఫ్ تے دے اوپر اے انٹرنل پارٹس ہے دے اوپر پلاسٹک دا کور آ جندا ہے جیڑی کورینگ ہوندی گی پلاسٹک دی کور ہے ہن میں 1 بائی 1 انہاں دا تھوڑے تھوڑے ایکسپلیشن دے دینا اے گا کی کی کام ہے سو سب تو پہلا کی ہے تہاڈا یو ایس بی یو ایس بی سٹینڈرڈ یو ایس بی کنیکٹر یو ایس بی کنیکٹر یو ایس بی کنیکٹر دا کی کام ہے دس ون یو ایس بی کنیکٹر ਇਦਾ ਕੰਮ ਕੀ ਹੈ ਫਿਜ਼ੀਕਲ ਕਨੈਕਸ਼ਨ ਜਿਹੜਾ ਹੁੰਦਾ ਹੈਗਾ ਕੰਪਿਊਟਰ ਦੇ ਨਾਲ ਕੰਪਿਊਟਰ ਦੇ ਨਾਲ ਜਿਹੜਾ ਫਿਜ਼ੀਕਲ ਕਨੈਕਸ਼ਨ ਦੇਣਾ ਹੈਗਾ ਪੈਨ ਡਰਾਈਵ ਦਾ ਉਹ ਕੌਣ ਦਿੰਦਾ ਹੈਗਾ ਇਹ ਕਨੈਕਟਰ ਦੇ ਥਰੂ ਹੁੰਦਾ ਹੈਗਾ ਇਹਦੀ ਜਿਹੜੀ ਸ਼ੇਪ ਹੈ ਰੈਕਟੈਂਗੂਲਰ ਹੁੰਦੀ ਹੈਗੀ ਆ ਤੇ ਇਹਨੂੰ ਸਟੈਂਡਰਡ ਏ ਟਾਈਪ ਕਹਿੰਦੇ ਹੈਗੇ ਕਿਹੜੇ ਕਹਿੰਦੇ ਆ ਏ ਟਾਈਪ ਕਨੈਕਟਰ ਏ ਟਾਈਪ ਕਨੈਕਟਰ ਹੈਗਾ ਜਿਸ ਤਰ੍ਹਾਂ ਕੀ ਹੈ ਆ ਤੁਹਾਨੂੰ ਮੈਂ ਦਿਖਾ ਰਿਹਾ ਹੈਗਾ ਜਿਹੜਾ ਇਹ ਜਿਹੜਾ ਸਟੈਂਡਰਡ ਕਨੈਕਟਰ ਹੈਗਾ ਏ ਟਾਈਪ ਹੈ ਦੇਖੋ ਆਹ ਸ਼ੇਪ ਹੈਗੀ ਇਹਦੀ ਏ ਟਾਈਪ ਹੈ ਇਹ ਏ ਟਾਈਪ ਕਨੈਕਟਰ ਕਹਿੰਦੇ ਇਹਨੂੰ ਥਿਸ ਇ ਨੋਨ ਐ ਟਾਈਪ ਕਨੈਕਟਰ ਪਰ ਇਸ ਤੋਂ ਲਾਵਾ ਵੀ ਤੂੰ ਦੇਖਿਆ ਹੋਵੇਗਾ ਜਿਹੜਾ ਪੈਨ ਡਰਾਈਵ ਹੈ ਅੱਜ ਕੱਲ ਤੁਹਾਡੇ ਕੋਲ ਪੈਨ ਡਰਾਈਵਸ ਹੋਣੀਆਂ ਪੈਨ ਡਰਾਈਵਸ ਆ ਜਿਹੜਾ ਸਾਰੀਆਂ ਪੈਨ ਡਰਾਈਵਸ ਇਦਾਂ ਦੀਆਂ ਨਹੀਂ ਹੋ ਗਈਆਂ ਇਹ ਬਹੁਤ ਥਿਨ ਹੋ ਗਈਆਂ ਇਹਦੇ ਵਿੱਚ ਟਾਈਪਸ ਹੈਗੀਆਂ ਜਿਹੜੀਆਂ ਟਾਈਪਸ ਹੈਗੀਆਂ ਇਹਦੀਆਂ ਕੀ ਕਹਿੰਦੇ ਹੈਗੇ ਜਿਸ ਤਰ੍ਹਾਂ ਕੀ ਹੈ ਜਿਸ ਤਰ੍ਹਾਂ ਮੈਂ ਏ ਐਂਡ ਦਿਖਾ ਰਹੇ ਹਾਂ ਕਈ ਪੈਨ ਡਰਾਈਵ ਦਾ ਇਦਾਂ ਦਾ ਐਂਡ ਹੋਏਗਾ ਬਿਲਕੁਲ ਇਹ ਟਾਈਪ ਸੀ ਹੈ ਅੱਜ ਕੱਲ ਤੁਹਾਡੇ ਕੋਲ ਮੋਬਾਈਲ ਹੋਣਗੇ ਤੁਸੀਂ ਦੇਖਿਆ ਹੋਵੇਗਾ ਉਹਦੇ ਵਿੱਚ ਕੀ ਹੈ ਨਾ जोड़े लेटैसट मोबाइल आने सारे टाइप सी चार्जिंग होंगी है टाइप सी का मतलब कि फास्ट चार्जिंग है पहला जोड़े चार्ज पहला जो पोर्ट होंगी डिफरेंट हूँ सजक चार्जिंग जी फट होंगी टाइप चार्जिंग है सो नॉर्मली जो केबल हों टाइप ए टाइप बी एंड टाइप सी तीन तरह दूँिया अजक जोड़े भी पेनड्राइव्स आ रही हैं टाइप दिन है ज बी मेन डिफरेंस की है ए डिफरेंस है ਮੇਨਲੀ ਡਿਫਰੈਂਸ ਕੀ ਹੈ ਤੁਸੀਂ ਮਾਰਕੀਟ ਚੋਂ ਵੀ ਬਾਏ ਕਰਾਂਗੇ ਤੁਹਾਨੂੰ ਕਈ ਪੈਨ ਡਰਾਈਵ ਸੇਮ ਸਾਈਜ਼ ਦੀਆਂ ਜਿਵੇਂ ਸੇਮ ਕੁਆਲਿਟੀ ਦੀਆਂ ਜਿਵੇਂ ਸਪੋਜ਼ ਤੁਸੀਂ 64 GB ਦੀ ਪੈਨ ਡਰਾਈਵ ਲੈਣੇ ਹੈਗੇ ਆ ਇੱਕ ਪੈਨ ਡਰਾਈਵ ਦੇ ਦਾ ਪ੍ਰਾਈਸ ਘੱਟ ਹੋਏਗਾ ਦੂਜੀ ਦਾ ਜ਼ਿਆਦਾ ਹੋਏਗਾ ਬੇਸਿਕਲੀ ਡਿਫਰੈਂਸ ਕੀ ਹੈ ਉਹਨਾਂ ਚ ਕੀ ਹੈ ਡਾਟਾ ਟਰਾਂਸਫਰ ਸਪੀਡ ਦਾ ਫਰਕ ਹੋਏਗਾ ਜਿਹੜੀ ਸੀ ਟਾਈਪ ਹੈਗੀ ਉਹਦੀ ਡਾਟਾ ਟਰਾਂਸਫਰ ਸਪੀਡ ਜ਼ਿਆਦਾ ਹੋਏਗੀ ਤੇ A ਟਾਈਪ ਦੀ ਘੱਟ ਹੋਏਗੀ ਉਹਦੇ ਅਕੋਰਡਿੰਗਲੀ ਹੀ ਇਹ ਦਾ ਰੀਡ ਡਿਸਾਈਡ ਹੁੰਦਾ ਹੈਗਾ ਜਿੰਨਾ ਤੁਸੀਂ ਡਾਟਾ ਟਰਾਂਸਫਰ ਦਾ ਮਤਲਬ ਕੀ ਹੈ ਤੁਸੀਂ ਸਪੋਜ਼ ਪੈਨ ਡਰਾਈਵ ਦੇ ਵਿੱਚ ਤੁਹਾਡੇ ਕੋਲ 5GB ਡਾਟਾ ਹੈ ਤੁਸੀਂ ਟਰਾਂਸਫਰ ਕਰਨਾ ਕੰਪਿਊਟਰ ਦੇ ਵਿੱਚ ਜਦੋਂ ਪੈਨ ਡਰਾਈਵ ਲਗਾਓਗੇ ਤੁਸੀਂ ਤੁਸੀਂ ਸੈਂਡ ਕਰੋਗੇ ਸਿਸਟਮ ਦੇ ਵਿੱਚ ਜਿਹੜਾ ਟਾਈਮ ਲੱਗੂਗਾ ਉਹ ਵੇਰੀ ਕਰੇਗਾ ਕਿਤੇ ਤੇ ਵੇਰੀ ਕਰੇਗਾ ਉਹ ਡਿਪੈਂਡ ਕਰੇਗਾ USB ਕਨੈਕਟਰ ਤੇ ਜੇ ਤੁਹਾਡੇ USB ਕਨੈਕਟਰ ਦੇ ਵਰਸ਼ਨ ਵੀ ਹੈਗੇ ਆ ਜਿਸ ਤਰ੍ਹਾਂ ਕੀ ਹੈ 2.0 3.0 ਜਿਹੜੀ ਪੈਨ ਡਰਾਈਵ 3.0 ਨੂੰ ਸਪੋਰਟ ਕਰੇਗੀ तो नैचुर की वो की स्पीड फास्ट होएगी हो so, हो तो जी टू पॉइंट जीरो हैगी यू एस बी और घट स्पो स्पीड होएगी सो ओनी फास्ट तरह डाटा ट्रांसफर होएगा तुम्हें कंप्यूटर तो चाहे चाहे पेन ड्राइव करना है चाहे पेन ड्राइव तो कंप्यूटर से करना है चीज डिपेंड करेगी कोनैक्टर यू एस बी टू पॉइंट जीरो है या थ्री पॉइंट जीरो है थ्री पॉइंट जीरो की स्पीड हैगी है कंपेटिवली कि होंगी जोड़ा यू एस बी टू की स्पीड हैगी फोर एटी एम बी पी एस कि फोर 480 mbps ਮੈਗਾ ਬਿਟ ਪਰ ਸਕੰਡ bps ਮੈਗਾਬਾਈਟ ਨਹੀਂ ਇਹ ਹੈਗੀ ਹੈ 2.0 ਦੀ ਜਿਹੜੀ 2.0 ਜਿਹੜੀ 3.0 ਵਰਸ਼ਨ ਹੈਗਾ ਉਹਦੀ ਸਪੀਡ ਹੁੰਦੀ ਹੈ ਅਬਾਊਟ ਅਪ ਟੂ 5 ਗਿਗਾ ਬਿਟ ਪਰ ਸਕੰਡ ਗਿਗਾ ਬਿਟ ਪਰ ਸਕੰਡ 3.0 ਜੇ USB 2.0 ਤੁਹਾਡੇ ਕੋਲ ਤਾਂ ਇਹ ਸਪੀਡ ਮਿਲੇਗੀ ਤੇ ਦੀ ਨਹੀਂ ਜਦੋਂ ਤੁਸੀਂ ਦੇਖ ਸਕਦੇ ਆ ਕਿੰਨਾ ਡਿਫਰੈਂਸ ਹੋਏਗਾ ਤੁਸੀਂ ਇਹ 3 ਦੇ ਥਰੂ ਕਰੋਗੇ ਤਾਂ ਤੁਹਾਡੇ ਕੋਲ ਫਾਸਟ ਡਾਟਾ ਟਰਾਂਸਫਰ ਹੋਏਗਾ ਸੋ ਸਟੈਂਡਰਡ ਯੂਐਸਬੀ ਦਾ ਕੰਮ ਕੀ ਹੈ ਯੂਐਸਬੀ ਇਸ ਕਨੈਕਟਰ ਦਾ ਕੰਮ ਕੀ ਹੈ ਇਹ ਕਨੈਕਸ਼ਨ ਪ੍ਰੋਵਾਈਡ ਕਰਦਾ ਕੰਪਿਊਟਰ ਦੇ ਨਾਲ ਦੂਸਰਾ ਹੈ ਯੂਐਸਬੀ ਮਾਸ ਸਟੋਰੇਜ ਕੰਟਰੋਲਰ ਸੋ ਯੂਐਸਬੀ ਮਾਸ ਸਟੋਰੇਜ ਕੰਟਰੋਲਰ ਦਾ ਕੀ ਕੰਮ ਹੈਗਾ ਇਹਦਾ ਮੈਮਰੀ ਤੇ ਕੰਪਿਊਟਰ ਦੇ ਵਿੱਚ ਇੰਟਰਫੇਸ ਦਾ ਕੰਮ ਕਰਦਾ ਇਟ ਇਜ਼ ਅ ਮਿਡਲਮੈਨ ਫਾਰ ਡਾਟਾ ਟਰਾਂਸਫਰ ਬੀਟਵੀਨ ਹੋਸਟ ਐਂਡ ਦਾ ਯੂਐਸਬੀ ਡਿਵਾਈਸ ਹੋਸਟ ਯੂਐਸਬੀ ਡਿਵਾਈਸ ਮੀਨਸ ਕੀ ਹੈ ਇਹ ਮੈਨੇਜ ਕਰਦਾ ਇਹਨਾਂ ਦੋਵਾਂ ਚ ਇਹ ਜਿਹੜਾ ਤੁਹਾਡਾ ਕੰਪਿਊਟਰ ਹੈਗਾ ਕੰਪਿਊਟਰ ਤੇ ਇਹਨਾਂ ਚਿਹੜਾ ਡਾਟਾ ਟਰਾਂਸਫਰ ਹੋਇਆ ਉਹਨੂੰ ਹੈਂਡਲ ਕਰਨ ਵਾਸਤੇ ਜਿਹੜੀ ਯੂਜ਼ ਕਰਦੇ ਹੈਗੇ ਆ ਇਹਦੇ ਤੇ ਕੋਈ ਰੋਮ ਤੇ ਰੈਮ ਵੀ ਹੁੰਦੀ ਹੈ ਇਹਦੇ ਚ ਇਹ ਮਾਸ ਸਟੋਰੇਜ ਕੰਟਰੋਲਰ ਹੈ ਜਿਹਨੇ ਕੰਟਰੋਲ ਕਰਨਾ ਡਾਟਾ ਟਰਾਂਸਫਰ ਨੂੰ ਦੈਨ ਨੈਂਡ ਫਲੈਸ਼ ਮੈਮਰੀ ਚਿਪ ਥਰਡ ਹੈ ਨੈਂਡ ਫਲੈਸ਼ ਮੈਮਰੀ ਚਿਪ ਇਟ ਇਜ਼ ਅ ਚਿਪ ਵੇਅ ਡਾਕੂਮੈਂਟ ਫਾਈਲਸ ਇਹ ਮੇਨ ਚਿਪ ਹੈਗੀ ਜਿੱਥੇ ਤੁਹਾਡਾ ਡਾਟਾ ਸਟੋਰ ਹੁੰਦਾ ਹੈਗਾ ਇਹ ਤੁਹਾਡੀ ਚਿਪ ਹੈਗੀ ਜਿੱਥੇ ਡਾਟਾ ਐਕਚੁਅਲੀ ਸਟੋਰ ਹੁੰਦਾ ਤੁਹਾਡਾ ਡਾਕੂਮੈਂਟ ਜਾਂ ਫਾਈਲਸ ਹੁੰਦੀਆਂ ਨੇ ਉਹ ਕਿਹੜੀ ਫਾਈਲ ਚ ਹੁੰਦੀ ਹੈ ਫਲੈਸ਼ ਮੈਮਰੀ ਚਿਪ ਹੁੰਦੀ ਹੈ ਜੇ ਇਹ ਕਿਹੜੀ ਹੁੰਦੀ ਹੈ ਨੋਨ ਵੋਲੇਟਾਈਲ ਹੁੰਦੀ ਹੈ ਨੋਨ ਵੋਲੇਟਾਈਲ ਦਾ ਮਤਲਬ ਕੀ ਹੈ ਆਪਾਂ ਜਦੋਂ ਵੀ ਇਹਦੇ ਵਿੱਚ ਡਾਟਾ ਸਟੋਰ ਕਰਦੇ ਨੇ ਹੈਗੇ ਆ ਉਹ ਪਰਮਨੈਂਟਲੀ ਰਹਿੰਦਾ ਹੈਗਾ ਅਨਲੈਸ ਤੁਸੀਂ ਖੁਦ ਡਿਲੀਟ ਨਹੀਂ ਕਰਦੇ ਆਦਰਵਾਇਜ਼ ਡਿਲੀਟ ਨਹੀਂ ਹੁੰਦਾ ਹੈਗਾ ਸੋ ਫਲੈਸ਼ ਮੈਮਰੀ ਚਿਪ ਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਨੈਂਡ ਇਹ ਟਾਈਪ ਹੈਗੀ ਆ ਜਿਹਦੇ ਤੋਂ ਗੇਟਸ ਵਗੈਰਾ ਤੋਂ ਬਣਿਆ ਦੋਜ਼ ਕਰਕੇ ਨੈਂਡ ਫਲੈਸ਼ ਮੈਮਰੀ ਕਹਿੰਦੇਗੇ ਤੇ ਇਹਦੇ ਚ ਕੀ ਆ ਤੁਹਾਡਾ ਐਕਚੁਅਲ ਡਾਟਾ ਤੇ ਫਾਈਲ ਜਿਹੜੀਆਂ ਸਟੋਰ ਕੀਤੀਆਂ ਹੁੰਦੀਆਂ ਨੇ ਦੈਨ ਕ੍ਰਿਸਟਲ ਓਸਿਲੇਟਰ ਕ੍ਰਿਸਟਲ ਓਸਿਲੇਟਰ ਓਸਿਲੇਟਰ ਦਾ ਕੰਮ ਕੀ ਹੁੰਦਾ ਹੈਗਾ ਓਸਿਲੇਸ਼ਨਸ ਦਿੰਦਾ ਹੈਗਾ ਐਕਚੁਅਲੀ ਕੀ ਹੈ ਇੱਕ ਕਲੌਕ ਸਿਗਨਲ ਦਿੰਦਾ ਇਹ ਕੀ ਪ੍ਰੋਵਾਈਡ ਕਰਦਾ ਹੈਗਾ ਇਟ ਪ੍ਰੋਵਾਈਡਸ ਕਲੌਕ ਸਿਗਨਲਸ ਜਿਵੇਂ ਆਪਾਂ ਦੇਖਦੇ ਟਿਕ ਟਿਕ ਹੁੰਦੀ ਹੈਗੀ ਆ ਹਰ ਚੀਜ਼ ਟਿਕ ਦੇ ਨਾਲ ਕੀ ਕੁਝ ਨਾ ਕੁਝ ਐਕਸ਼ਨ ਪਰਫਾਰਮ ਹੁੰਦਾ ਹੈਗਾ ਸੋ ਕਲੌਕ ਸਿਗਨਲ ਕੀ ਪ੍ਰੋਵਾਈਡ ਕਰਦੇ ਆ ਗਿਆ ਐਕਚੁਅਲੀ ਇਹ ਚ ਕੀ ਕੁਆਰਟਸ ਕਲੌਕ ਹੁੰਦੀ ਹੈਗੀ ਆ 12 ਮੀਗਾਹਰਟਜ਼ ਦੀ 12 ਮੀਗਾਹਰਟਜ਼ ਦੀ ਕਲੌਕ ਹੁੰਦੀ ਹੈਗੀ ਆ ਜਿਹੜੀ ਕੀ ਹੈ ਕੰਟਰੋਲ ਕਰਦੀ ਹੈ ਡਿਵਾਈਸ ਦੇ ਆਉਟਪੁੱਟ ਨੂੰ ਮੀਨਸ ਕੀ ਹੈ ਹਰੇਕ ਪਲਸ ਦੇ ਨਾਲ ਕੋਈ ਡਾਟਾ ਜਾਂਦਾ ਹੈਗਾ ਡੈਟ ਇਨ ਕੰਟਰੋਲ ਕਰਨ ਚ ਯੂਜ਼ ਕਰਦੀ ਹੈ ਇਟ ਕੋਆਰਡੀਨੇਟਸ ਐਕਸ਼ਨ ਆਫ ਆਲ ਦਾ ਇਲੈਕਟ੍ਰੋਨਿਕਸ ਜਿੰਨੇ ਵੀ ਯੂਐਸਬੀ ਦੇ ਵਿੱਚ ਇਲੈਕਟ੍ਰੋਨਿਕਸ ਹੈ ਇਲੈਕਟ੍ਰੋਨਿਕਸ ਕੰਪੋਨੈਂਟਸ ਹੈ ਓਸ ਨੂੰ ਕੰਟਰੋਲ ਕਰਨ ਵਾਸਤੇ ਕਿਹੜਾ ਯੂਜ਼ ਕਰਦੇ ਆਗੇਆ 뎃 ਇਜ਼ ਕ੍ਰਿਸਟਲ ਓਸਿਲੇਟਰ ਕ੍ਰਿਸਟਲ ਓਸਿਲੇਟਰ ਦਾ ਮਤਲਬ ਕੀ ਹੁੰਦਾ ਪਲਸਸ ਦਿੰਦਾ ਹੈਗਾ ਕਲੌਕ ਪਲਸਸ ਕਲੌਕ ਪਲਸਸ ਦਾ ਮਤਲਬ ਕੀ ਹੈ ਜਿਵੇਂ ਇਹ ਕਲੌਕ ਪਲਸ ਆਈ ਲੋ ਇੱਕ ਕਲੌਕ ਪਲਸ ਹੈ ਹਰ ਇੱਕ ਪਲਸ ਦੇ ਨਾਲ ਕੁਝ ਡਾਟਾ ਟਰਾਂਸਫਰ ਹੋ ਰਿਹਾ ਜਿਵੇਂ ਪਲਸ ਆ ਰਹੀ ਹੈਗੀ ਸੋ ਹਰ ਇੱਕ ਕਲੌਕ ਪਲਸ ਦੇ ਨਾਲ ਕੀ ਹੈ ਜਿਹੜਾ ਡਾਟਾ ਕੰਟਰੋਲ ਕਰ ਰਹੀ ਹੈਗੀ 뎃 ਇਜ਼ ਨੋਨ ਐਸ ਕ੍ਰਿਸਟਲ ਓਸਿਲੇਟਰ ਇਹ ਕੁਆਰਟਸ ਦਾ ਕ੍ਰਿਸਟਲ ਹੁੰਦਾ ਹੈ ਕੁਆਰਟਸ ਤੁਸੀਂ ਦੇਖਿਆਗੇ ਤੁਹਾਡੀਆਂ ਕਲੌਕਸ ਦੇਖੀ ਨਾ ਕਲੌਕ ਕਲੌਕ ਤੇ ਵੀ ਕਈ ਵਾਰ ਕੁਆਰਟਜ਼ ਲਿਖਿਆ ਹੁੰਦਾ ਹੈਗਾ ਕੁਆਰਟਜ਼ ਕਲੌਕ ਹੁੰਦੀਆਂ ਕੁਆਰਟਜ਼ ਦਾ ਮਤਲਬ ਕਿ ਬੇਸਿਕਲੀ ਇਟ ਇਜ਼ ਦਾ ਟਾਈਪ ਆਫ ਕ੍ਰਿਸਟਲ ਓਸિલેਟਰ ਕੁਆਰਟਜ਼ ਕੀ ਹੈ ਇਹ ਓਸિલેਟਰ ਹੁੰਦਾ ਹੈਗਾ ਥੈਨ ਕਵਰ ਜਿਹੜਾ ਨੈਕਸਟ ਹੈਗਾ ਇਹਦਾ 5th ਕੰਪੋਨੈਂਟ ਹੈਗਾ ਕਵਰ ਕਵਰ ਦਾ ਕੀ ਕੰਮ ਹੈ ਕਵਰ ਤਾਂ ਸਿੰਪਲ ਕੀ ਹੈ ਜਿਹੜਾ ਇਹ ਇੰਟਰਨਲ ਸਟਰਕਚਰ ਨੂੰ ਸਾਰੇ ਨੂੰ ਇਹਨੂੰ ਡਸਟ ਵਗੈਰਾ ਤੋਂ ਜਾਂ ਇਹ ਕੰਪੋਨੈਂਟਸ ਨੂੰ ਕਵਰ ਕੀਤਾ ਹੁੰਦਾ ਕਾਦੇ ਨਾਲ ਕੀ ਇੱਕ ਇਹ ਕਾਦੇ ਤੋਂ ਬਣਿਆ ਹੁੰਦਾ ਕਵਰ ਇਹ ਪਲਾਸਟਿਕ ਦਾ ਬਣਿਆ ਹੁੰਦਾ ਹੈਗਾ ਮੋਸਟਲੀ ਇਹ ਬਾਡੀ ਕਹ ਸਕਦੇ ਆ ਯੂਐਸਬੀ ਡਰਾਈਵ ਦੀ ਤੁਹਾਡੀ ਬਾਡੀ ਹੈ ਥੈਨ ਇਹ ਪ੍ਰੋਟੈਕਟ ਕਰਦਾ ਡਰਾਈਵ ਨੂੰ ਇਟ ਕੈਨ ਬੀ ਕਸਟਮਾਈਜ਼ਡ ਇੱਕ ਕਸਟਮਾਈਜ਼ਡ ਵਰਡ ਹੈ ਕਸਟਮਾਈਜ਼ਡ ਕਸਟਮਾਈਜ਼ ਦਾ ਮਤਲਬ ਕੀ ਹੈ ਤੁਸੀਂ ਪੈਨ ਡਰਾਈਵ ਦਾ ਜਿਹੜਾ ਕਵਰ ਆ ਉਹਨੂੰ ਕਸਟਮਾਈਜ਼ ਕਰ ਸਕਦੇ ਆ ਤੁਸੀਂ ਦੇਖਿਆ ਆਏਗਾ ਆ ਤੁਹਾਡੇ ਕੋ ਫਰੈਂਡਸ ਕੋਲ ਤੁਹਾਡੇ ਸਾਰਿਆਂ ਕੋਲ ਪੈਨ ਡਰਾਈਵ ਹੋਣੀਆਂ ਤੁਸੀਂ ਦੇਖੋ ਬੜੀਆਂ ਡਿਫਰੈਂਟ ਸ਼ੇਪਸ ਆ ਰਹੀਆਂ ਕਈਆਂ ਦੇ ਬੜੇ ਅੱਛੇ-ਅੱਛੀਆਂ ਸ਼ੇਪਸ ਬਣਾਈਆਂ ਕਈ ਛੋਟੀਆਂ ਸ਼ੇਪਸ ਆ ਗਈਆਂ ਤੇ ਕੁਝ ਡਿਜ਼ਾਈਨ ਬਣੇ ਹੋਏ ਗਿਆ ਇਹ ਕੀ ਹੈ ਸੋ ਕਵਰ ਨੂੰ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਡਾ ਕਵਰ ਸਿਮਿਲਰ ਹੀ ਆ ਜਿਸ ਤਰ੍ਹਾਂ ਜਿਵੇਂ ਤੁਸੀਂ ਮੋਬਾਈਲ ਦਾ ਕਵਰ ਲਗਾਉਨੇ ਆ ਸਿਮਿਲਰਲੀ ਜਿਹੜੀ ਪੈਨ ਡਰਾਈਵ ਦਾ ਕਵਰ ਵੀ ਇਹ ਕਸਟਮਾਈਜ਼ ਕੀਤਾ ਜਾ ਸਕਦਾ ਹੈ ਕਸਟਮਾਈਜ਼ ਦਾ ਮਤਲਬ ਕੀ ਹੈ ਡਿਫਰੈਂਟ ਤਰ੍ਹਾਂ ਦਾ ਆਪਾਂ ਇਹਨੂੰ ਚੇਂਜ ਕਰਕੇ ਦੇਖ ਸਕਦੇ ਹਾਂ ਗਿਆ ਮਾਰਕਰ ਜਿ डिफरेंट ਟਾਈਪ ਦੇ ਅਵੇਲੇਬਲ ਹੁੰਦੇ ਹੈ ਗਿਆ डिफरेंट ਡਿਜ਼ਾਈਨ ਹੁੰਦੇ ਆ ਉਹਨੂੰ ਆਪਾਂ ਕੀ ਕਹ ਦਿੰਨੇ ਹੈ ਗਿਆ ਕਸਟਮਾਈਜੇਸ਼ਨ ਐਂਡ ਲਾਸਟ LED ਇੱਕ ਤੁਸੀਂ ਦੇਖਿਆ ਹੋਵੇਗਾ ਪੈਨ ਡਰਾਈਵ ਜਦੋਂ ਵੀ ਤੁਸੀਂ ਇਨਸਰਟ ਕਰਦੇ ਆ ਤਾਂ LED ਇੱਕ ਗਲੋ ਕਰ ਰਿਹਾ ਹੁੰਦਾ ਹੈਗਾ LED ਦਾ ਸਿਰਫ ਇੰਨਾ ਹੀ ਕੰਮ ਆਪ ਨੂੰ ਇਹ ਪਤਾ ਲੱਗਦਾ ਹੈਗਾ ਵੀ ਪੈਨ ਡਰਾਈਵ ਵਰਕਿੰਗ ਚ ਹੈ ਜਾਂ ਡਾਟਾ ਟਰਾਂਸਫਰ ਕੰਪਿਊਟਰ ਤੋਂ ਮੈਮਰੀ ਚ ਹੋ ਰਿਹਾ ਜਾਂ ਨਹੀਂ ਹੋ ਰਿਹਾ ਪੈਨ ਡਰਾਈਵ ਜਸਟ ਕੀ ਹੈ ਇਹ ਇੰਡੀਕੇਸ਼ਨ ਦਿੰਦੀ ਆ ਆਪਾਂ ਨੂੰ ਵੀ ਡਾਟਾ ਟਰਾਂਸਫਰ ਹੋ ਰਿਹਾ ਜਾਂ ਨਹੀਂ ਇੱਕ ਇੰਡੀਕੇਸ਼ਨ ਜਿਵੇਂ ਆਪਾਂ ਹਾਰਡ ਡਿਸਕ ਤੋਂ ਵੀ ਡਾਟਾ ਜਦੋਂ ਚੱਲ ਰਹੀ ਹੁੰਦੀ ਹੈ ਹਾਰਡ ਡਿਸਕ ਵੀ ਆਪਣੀ ਕੀ ਹੈ ਗਲੋ ਕਰ ਰਹੀ ਹੁੰਦੀ ਹੈਗੀ ਇੱਕ LED ਗਲੋ ਕਰ ਰਿਹਾ ਹੁੰਦਾ ਹੈਗਾ ਸਿਮਿਲਰਲੀ ਕੀ ਹੈ ਫਲੈਸ਼ ਡਰਾਈਵ ਜੇ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੈਗੀ ਤਾਂ LED ਆਪਾਂ ਨੂੰ ਇੰਡੀਕੇਟ ਕਰਦਾ ਹੈਗਾ ਇਹ ਲਗਾਤਾਰ ਕੀ ਹੈ ਇਹ ਇੱਕ ਜਦੋਂ ਆਪਾਂ ਡਾਟਾ ਟਰਾਂਸਫਰ ਕਰਦੇ ਹਾਂ ਇਹ ਬਲਿੰਕਿੰਗ ਹੁੰਦੀ ਰਹਿੰਦੀ ਹੈ ਤੇ ਟਰਾਂਸਫਰ ਕਰ ਰਿਹਾ ਹੁੰਦਾ ਹੈਗਾ ਸੋ ਜਾਦਾ ਵਰਸ਼ਨ ਜਿਹੜੇ ਹੈ USB ਇਹਦੇ ਡਰਾਈਵ ਦੇ ਦੈਟ ਇਜ਼ ਯੂ ਐਸ ਬੀ ਤੁਹਾਨੂੰ ਦੱਸ ਚੁੱਕਿਆ 2.0 ਯੂ ਐਸ ਬੀ 3.0 ਸੋ ਜਿੱਦਾਂ ਦੀ ਤੁਸੀਂ ਪੈਨ ਡਰਾਈਵ ਲਾਓਗੇ ਉਸੇ ਤਰ੍ਹਾਂ ਦਾ ਰੇਟ ਹੋਏਗਾ ਤਾਂ ਉਸੇ ਤਰ੍ਹਾਂ ਦੀ ਉਹਨਾਂ ਦੀ ਡਾਟਾ ਟਰਾਂਸਫਰ ਦੀ ਸਪੀਡ ਹੋਏਗੀ ਜਿਹੜੀ ਕਿ ਵੇਰੀ